ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਦੀ ਕੀਤੀ ਆਲੋਚਨਾ, ਕਿਹਾ ਹਰ ਕੋਈ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ ਪਰ ਇਹ ਦੱਸੋ ਕਿ ਪੰਜਾਬ ਨੂੰ ਬਰਬਾਦ ਕਿਸਨੇ ਕੀਤਾ। ਪ੍ਰਤਾਪ ਬਾਜਵਾ ਦਾ ਵੱਡਾ ਦਾਅਵਾ, ਕਿਹਾ ਪੰਜਾਬ ਵਿੱਚ ਇੰਡੀਆ ਗੱਠਜੋੜ ਦਾ ਸਸਪੈਂਸ ਹੋਵੇਗਾ ਖਤਮ, 2 ਦਿਨਾਂ ਵਿੱਚ ਪੂਰੀ ਤਰ੍ਹਾਂ ਸਥਿਤੀ ਹੋ ਜਾਵੇਗੀ ਸਾਫ਼। ਰਾਘਵ ਚੱਡਾ ਦਾ ਵੱਡਾ ਬਿਆਨ, ਕਿਹਾ 18 ਜਨਵਰੀ ਨੂੰ ਹੋਵੇਗਾ ਇੰਡੀਆ ਗੱਠਜੋੜ ਤੇ ਬੀਜੇਪੀ ਦਾ ਪਹਿਲਾ ਮੁਕਾਬਲਾ। ਡਰੱਗ ਮਾਮਲੇ ਵਿੱਚ ਨਵੀਂ ਸਿੱਟ ਨੇ ਬਿਕਰਮ ਮਜੀਠੀਆ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਬਿਕਰਮ ਮਜੀਠੀਆ ਨੇ ਸਾਧੇ ਮਾਨ ਸਰਕਾਰ ਤੇ ਵੱਡੇ ਨਿਸ਼ਾਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਰੋਧੀਆਂ ਦੀ ਬੇਤੁਕੀ ਬਿਆਨਬਾਜ਼ੀ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰ ਕੋਈ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ ਪਰ ਇਹ ਦੱਸੋ ਕਿ ਸੂਬੇ ਨੂੰ ਕਿਸ ਨੇ ਬਰਬਾਦ ਕੀਤਾ ਹੈ। ਉਹਨੇ ਕਿਹਾ ਕਿ ਉਹਨਾਂ ਸਿਰਫ 20 ਮਹੀਨੇ ਹੀ ਕਾਰਜਕਾਲ ਸੰਭਾਲਿਆ ਹੈ ਪਰ ਇਹ ਲੋਕ ਤੇ ਪਰਿਵਾਰ ਲੰਮੇ ਸਮੇਂ ਤੋਂ ਪੰਜਾਬ ਵਿੱਚ ਸ਼ਾਸਨ ਚਲਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਆਮ ਆਦਮੀ ਅਤੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ ਪਰ ਹੁਣ ਉਹ ਅਜਿਹੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪੰਜਾਬ ਦੇ ਮੁੱਦੇ ਥੋੜ੍ਹੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ, ਉਹਨੇ ਇਹਦੀ ਫੋਟੋ ਕਿਉਂ ਲਾ ਲਈ, ਉਹਦੇ ਉਹਦੀ ਫੋਟੋ ਕਿਉਂ ਲਾ ਲਈ, ਗੱਲ ਹੈ ਕੋਈ? ਸੋ ਮੈਂ ਤਾਂ ਉਹਨਾਂ 'ਤੇ ਧਿਆਨ ਦਿੰਦਾ ਹੀ ਨਹੀਂ, ਤੁਸੀਂ ਵੀ ਦਿੰਦਿਆ ਕਰੋ ਧਿਆਨ। ਹਰੇਕ ਕਹੀ ਜਾਂਦਾ ਮੈਂ ਪੰਜਾਬ ਬਚਾਉਣਾ, ਮੈਂ ਪੰਜਾਬ ਬਚਾਉਣਾ, ਇਹ ਨਹੀਂ ਦੱਸਦਾ ਕੋਈ ਲੁੱਟਿਆ ਕੀ ਨਹੀਂ ਸੀ। ਬਚਾਉਣ ਵਾਲੇ ਬੜੇ ਨੇ ਜੀ, ਲੁੱਟਿਆ ਕੀ ਨਹੀਂ ਸੀ, ਇਹ ਤਾਂ ਦੱਸ ਦਿਓ। ਤੁਹਾਡਾ ਤਾਂ ਰਾਜ ਰਿਹਾ, ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ, ਸਾਨੂੰ ਤਾਂ ਮਹੀਨੇ ਹੀ 20 ਹੋਏ ਨੇ, 20 ਮਹੀਨਿਆਂ 'ਚ ਤੁਸੀਂ ਐਂ ਕਰੋ, ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ, ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ, ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ। ਮੈਂ ਤਾਂ ਕਿਹਾ ਹੋਇਆ ਕਿ ਇੱਕ ਪਾਸੇ ਸਲਫਾਸ ਪਈ ਹੋਵੇ, ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ, ਮੈਂ ਸਲਫਾਸ ਦੀ ਗੋਲੀ ਖਾਊਂਗਾ, ਮੈਂ ਰੁਪਈਆ ਨਹੀਂ ਖਾਂਦਾ ਲੋਕਾਂ ਦਾ। ਇੰਡੀਆ ਗੱਠਜੋੜ ਦਾ ਹਿੱਸਾ ਆਪ ਅਤੇ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਇੱਕ ਮੰਚ 'ਤੇ ਇਕੱਠੀਆਂ ਹੋਣਗੀਆਂ, ਇਸ ਦੀ ਤਸਵੀਰ ਜਲਦ ਹੀ ਸਪਸ਼ਟ ਹੋ ਜਾਵੇਗੀ। ਇਹ ਗੱਲ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਹੈ। ਇਸ ਦੌਰਾਨ ਉਹ ਮੋਹਾਲੀ ਦੇ ਪੰਡਿਆਲਾ ਵਿੱਚ ਕਾਂਗਰਸ ਵੱਲੋਂ ਲਗਾਏ ਜਾ ਰਹੇ ਧਰਨੇ ਵਿੱਚ ਪਹੁੰਚੇ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹਲਕਾ ਇੰਚਾਰਜਾਂ ਨੂੰ ਜਾਣੂ ਕਰਵਾ ਦਿੱਤਾ ਹੈ। ਮੈਨੂੰ ਭਰੋਸਾ ਹੈ ਕਿ ਹਾਈਕਮਾਨ ਵੀ ਇਹੀ ਸਟੈਂਡ ਰੱਖੇਗੀ। ਉਹਨਾਂ ਕਿਹਾ ਕਿ ਕਾਂਗਰਸ ਨੂੰ ਅੱਜ ਇਕਜੁੱਟ ਹੋਣ ਦੀ ਲੋੜ ਹੈ। ਜਿਸ ਤਰ੍ਹਾਂ ਹੱਥ ਬੰਦ ਹੁੰਦਾ ਹੈ ਉਸ ਵਿੱਚ ਤਾਕਤ ਹੁੰਦੀ ਹੈ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦੀ ਅਗਵਾਈ। ਮੈਂ ਪ੍ਰੈਸ ਦੇ ਭਰਾਵਾਂ ਨੂੰ ਕਹੂੰਗਾ 2-4 ਦਿਨ ਇੰਤਜ਼ਾਰ ਕਰ ਲਓ, ਸ਼ਾਇਦ ਅੱਜ ਹੀ ਯਾਦਵ ਸਾਹਿਬ ਕੋਈ ਨਾ ਕੋਈ ਚਾਨਣਾ ਪਾ ਦੇਣ, ਨਹੀਂ ਤੇ ਆਂਦੇ 2-4 ਦਿਨਾਂ 'ਚ ਚਾਨਣਾ ਪੈ ਜਾਏਗਾ, ਕਾਲੇ ਪੈਣ ਦੀ ਲੋੜ ਨਹੀਂ। ਤੇ ਮੈਨੂੰ ਪੂਰਨ ਫੇਥ ਹੈ ਕਿ ਜਿਹੜਾ ਸਟੈਂਡ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਲਿਆ ਉਸੇ ਤੇ ਬਕਾਇਦਾ ਤੌਰ ਸੈਂਟਰ ਦੀ ਲੀਡਰਸ਼ਿਪ ਕਾਇਮ ਰਹੇ। ਪੰਜਾਬ ਦੇ ਲੋਕ ਤੇ ਪੰਜਾਬ ਦੀ ਕਾਂਗਰਸ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਸਟੈਂਡ ਲਏਗੀ ਪੰਜਾਬ ਦੀ ਬਿਹਤਰੀ ਵਾਸਤੇ ਲਏਗੀ, ਮੈਨੂੰ ਪੂਰਨ ਫੇਥ ਹੈ ਇਸ ਗੱਲ। ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰ ਵਿੱਚ ਮੌਜੂਦਾ ਬੀਜੇਪੀ ਸਰਕਾਰ ਨੂੰ ਹਰਾਉਣ ਦੇ ਲਈ ਜਿੱਥੇ ਸਾਰੀਆਂ ਵਿਰੋਧੀ ਧਿਰਾਂ ਇਕੱਠੇ ਇੱਕ ਝੰਡੇ ਹੇਠ ਇਕੱਠੀਆਂ ਹੋ ਗਈਆਂ ਹਨ, ਜਿਸ ਨੂੰ ਇੰਡੀਆ ਅਲਾਇੰਸ ਦਾ ਨਾਂ ਦਿੱਤਾ ਗਿਆ ਹੈ। ਇਸ ਗੱਠਜੋੜ ਦੀ ਪਹਿਲੀ ਝਲਕ ਚੰਡੀਗੜ੍ਹ ਦੀ ਨਗਰ ਨਿਗਮ ਚੋਣਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਬੀਜੇਪੀ ਦੇ ਖਿਲਾਫ ਮੇਅਰ ਅਤੇ ਬਾਕੀ ਅਹੁਦਿਆਂ ਦੇ ਲਈ ਚੋਣਾਂ ਲੜ ਰਹੀਆਂ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਜਾਣਕਾਰੀ ਦਿੱਤੀ ਹੈ ਕਿ 18 ਜਨਵਰੀ ਨੂੰ ਇੰਡੀਆ ਗੱਠਜੋੜ ਦਾ ਪਹਿਲਾ ਮੁਕਾਬਲਾ ਬੀਜੇਪੀ ਦੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਉਹਨੇ ਕਿਹਾ ਕਿ 18 ਜਨਵਰੀ ਨੂੰ ਹੋਣ ਵਾਲਾ ਚੰਡੀਗੜ੍ਹ ਦਾ ਇਹ ਮੇਅਰ ਇਲੈਕਸ਼ਨ ਦੇਸ਼ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਾਲਾ ਇਲੈਕਸ਼ਨ ਹੋਵੇਗਾ। ਆਪੇ ਸਾਮ ਚੁਣਾਵ
इस चंडीगढ़ मेयर चुनाव को कोई साधारण आम चुनाव मत मानिए। यह एक ऐसा चुनाव है जिसमें पहली बार मुकाबला सीधा इंडिया बनाम भाजपा होने जा रहा है, और हमारा ये मानना है कि जीत दर्ज कराने के बाद इंडिया गठबंधन का ये जीत रूपी रथ चंडीगढ़ तक ही सीमित नहीं रहेगा, ये कश्मीर से लेकर कन्याकुमारी और मणिपुर से लेकर मुंबई तक जाएगा। अब सीटों का बंटवारा कौन से राज्यों में होगा, कौन से में नहीं होगा, कौन से राज्यों में रणनीति के तहत साथ आकर लड़ा जाएगा और कौन से राज्यों में रणनीति के तहत भिन्न भिन्न प्रकार से लड़ा जाएगा, यह फैसला सीट शेयरिंग की जब पूरी बातचीत है वो समाप्त हो जाएगी उसके बाद लिया जाएगा। आज सीट शेयरिंग पर नॉनस्टॉप रेगुलर कमेंट्री करना उचित नहीं है। मैंने पहले भी कहा था कि जैसे क्रिकेट मैच में आप देखते हैं कि बॉल बाय बॉल कमेंट्री होती है, सीट शेयरिंग की बातचीत में, संवाद में इस प्रकार से बॉल बाय बॉल कमेंट्री नहीं हो सकती, वो संभव नहीं है। लेकिन जैसे ही कोई महत्वपूर्ण फैसला लिया जाएगा उसकी जानकारी अवश्य आप सबसे साझा करेंगे। अकाली दल के सीनियर आगू बिक्रम मजीठिया तो कल ड्रग मामले विच बनी नवी एसआईटी ने पूछगिछ की। सीट ने अकाली आगू तो लगभग 7 घंटे सवाल जवाब किए। डीआईजी हरचरण सिंह भुल्लर की अगवाई विच बनी सीट ने पहली बार सवाल जवाब किए। इस तो पहला एडीजीपी सुखजिंदर सिंह छीना की सीट ने अकाली आगू तो 3 ਵਾਰ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਦਫ਼ਤਰ ਤੋਂ ਬਾਹਰ ਆਏ ਬਿਕਰਮ ਮਜੀਠੀਆ ਨੇ ਮੁੜ ਆਪ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਰਕਾਰ ਦਾ ਚਿਹਰਾ ਬੇਨਕਾਬ ਹੋ ਰਿਹਾ ਹੈ। ਭਗਵੰਤ ਮਾਨ ਨੂੰ ਚਾਹੀਦੇ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ, ਜਾਂ ਉਹਦੀ ਜੇਬ ਕਰਮ ਕਰਕੇ ਜਾਣ, ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ। ਮਜੀਠੀਆ, ਨਾ ਤੇਰੀ ਜੇਬ ਗਰਮ ਕਰੂ, ਨਾ ਤੇਰੇ ਗੋਡੀ ਹੱਥ ਲਾਓ, ਐਕਸਪੋਜ਼ ਕਰੂ। ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ, ਜਿਹੜੇ ਤੈਨੂੰ ਐਕਸਪੋਜ਼ ਕਰਦੇ ਆ, ਤੈਨੂੰ ਸਵਾਲ ਕਰਦੇ ਆ, ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ, ਸੱਦ ਕੇ ਕਰ ਲੈ। ਜ਼ਾਲਮ ਸਰਕਾਰਾਂ ਕਰਦੀਆਂ ਨੇ, ਜੇਲ੍ਹਾਂ 'ਚ ਤੁਸੀਂ ਘਲਾ ਸਕਦੇ ਹੋ, ਤੁਹਾਡੀ ਤਾਕਤ ਹੈ, ਝੂਠੇ ਪਰਚੇ ਤੁਸੀਂ ਦੇ ਸਕਦੇ ਹੋ, ਮਗਰ ਉਹ ਤੋਂ ਬਾਅਦ ਮੇਰਾ ਵੀਰ ਜੇਲ ਇਜ਼ ਨੋਟ ਦੀ ਐਂਡ ਆਲ। ਉਹ ਤੋਂ ਬਾਅਦ ਕੋਰਟਾਂ ਫੈਸਲਾ ਕਰਦੀਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ। ਹਾਈ ਕੋਰਟ ਨੇ 26-27 ਸਫਿਆਂ 'ਚ ਮੇਰੇ ਮਸਲੇ 'ਚ ਰੂਲਿੰਗ ਦਿੱਤੀ, ਔਰ ਜਿਹਨੇ ਪਰਚਾ ਦਰਜ ਕੀਤਾ ਆਹ ਵੇਖ ਲਓ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ। ਕਦੇ ਕੋਈ DGP ਸੁਣਿਆ? ਮੈਂ ਅੱਜ SIT ਨੂੰ ਕਹਿ ਕੇ ਆਇਆ, ਮੈਂ ਜਿਹਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਉਹਦੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ PO ਨਾਲ ਪਕਰੇਮ ਡਿਫੈਂਡਰ ਕੋਰਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ, ਆਪਦੇ ਘਰ 'ਚ ਰੱਖ ਸਕਦਾ ਸੀ, ਸਿਕਿਉਰਿਟੀ ਦੇ ਸਕਦਾ ਸੀ, ਉਹਨਾਂ ਦੇ ਆਖੇ ਥਾਣੇਦਾਰ ਲਾਉਂਦਾ ਸੀ, ਇਨਲੀਗਲ ਡਿਟੈਂਸ਼ਨ ਜੇਲ੍ਹਾਂ ਬਣਾਉਣ ਦੀ ਗੱਲ ਕਰਦਾ ਸੀ, ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ। ਇਹੋ ਜਿਹਾ ਗੈਰ ਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ, ਕੁਛ ਕਰ ਸਕਦਾ? ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਹੈ। ਹਾਂ, ਜੇ ਨਹੀਂ ਕਰੂਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਕਿੱਥੇ ਖਲੋਤੇ ਇਹਨਾਂ ਦੇ ਮਸਲੇ 'ਚ, ਇਹੋ ਜਿਹੇ ਅਫਸਰਾਂ ਦੇ ਮਸਲੇ 'ਚ। ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ। ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਦਿਆ, 18 ਨੂੰ ਤੁਹਾਨੂੰ ਸੱਦਿਆ, ਮੈਨੂੰ ਵੀ ਤੇ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਹੈ। ਫਰਕ ਇੰਨਾ ਕਿ ਮੈਂ ਪੇਸ਼ ਹੋ ਜਾਂਦਾ, ਉਹ ਪੇਸ਼ ਨਹੀਂ ਹੁੰਦਾ, ਪਤਾ ਨਹੀਂ ਕਾਹਦੀ ਘਬਰਾਹਟ। ਜਹਾਜ਼ ਭੇਜ ਦਿਆਂਗੇ,
ਵਿਪਾਸ਼ਨਾ ਦਾ ਕੋਰਸ ਕਰਨਾ ਹੈ ਤਾਂ ਪਹਿਲਾਂ ਕਰ ਲਓ, ਮਗਰ ਜਾ ਆਇਓ, ਕੋਈ ਨਹੀਂ ਫੇਰ ਕੀ ਆ, ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ, ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ, ਅਸੀਂ ਪਾਲਣਾ ਕਰਦੇ ਹਾਂ, ਉਹ ਧੱਜੀਆਂ ਉਡਾਉਂਦਾ। ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤਾਂ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ। ਇਸ ਲਈ ਮੈਂ ਤੁਹਾਡਾ ਸਭ ਦਾ ਬੜਾ ਮਸ਼ਕੂਰ ਆ, ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਹਾਂ ਔਰ ਹਰ ਤਰੀਕੇ ਨਾਲ, ਕਿਉਂਕਿ ਇਹ ਸਾਰੇ ਇੱਕ ਇਹ ਵੀ ਧਿਆਨ 'ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ, ਕੋਰਟ ਨੇ ਇਹਨਾਂ 'ਚ ਵਰਡਿਕਟ ਦੇ ਦਿੱਤਾ। ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ, ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਹੈ, ਮੈਂ ਨਾ ਮੰਨੂੰ। ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਬਿਹਾਫ 'ਚ ਮੇਰੇ ਤੋਂ ਮਾਫ਼ੀ ਮੰਗੀ ਹੈ, ਮੈਂ ਉਹਨਾਂ ਦੀ ਕਦਰ ਕਰਦਾ ਇਸ ਗੱਲ ਦੀ। ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ, ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ, ਫਿਰ ਹੁਣ ਕਿਉਂ ਬਹਿ ਗਿਆ ਉੱਥੇ? ਉਹਨੇ ਤਾਂ ਮਾਫ਼ੀ ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ, ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ, ਇਸ ਲਈ ਚਲੋ ਇਹਨਾਂ ਨੇ ਆਪਦਾ ਕੰਮ ਕਰਨਾ, ਅਸੀਂ ਆਪਦਾ ਕੰਮ ਕਰਨਾ। ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕੋਆਪਰੇਟ ਕੀਤਾ ਔਰ ਅੱਜ ਵੀ ਕਰ ਰਿਹਾ। ਔਰ ਜਿਹੜਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੋਇਆ, ਉਹਦੀ ਰਾਜੇ ਵੜਿੰਗ ਨੂੰ ਵਧਾਈ ਅਤੇ ਭਗਵੰਤ ਮਾਨ ਨੂੰ ਵਧਾਈ। ਭਾਈ ਹੁਣ ਤਾਂ ਤੁਹਾਡਾ ਪ੍ਰਧਾਨ ਹੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ 'ਚ ਕਰਦਾ ਸੀ ਅੰਦਰ, ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ। ਔਰ ਹੁਣ ਰਾਤ ਦੇ ਹਨੇਰੇ ਨਹੀਂ, ਹੁਣ ਤਾਂ ਦਿਨੇ ਮਿਲਿਆ ਕਰਿਓ, ਆਪਸ 'ਚ ਗਲਵੱਕੜੀ ਪਾਇਆ ਕਰੋ, ਅਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ 'ਚੋਂ ਸਮਝੋ ਚੰਡੀਗੜ੍ਹ 'ਚ ਤਾਂ ਕੱਢਤੇ, ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਅਰ ਦੀ ਇਲੈਕਸ਼ਨ 'ਚ। ਉੱਥੇ ਕੇਜਰੀਵਾਲ ਸਾਹਿਬ ਨੇ ਆਪਦਾ ਸਕਾਫ ਖੜਗੇ ਸਾਹਿਬ ਨੂੰ ਪਾਤਾ, ਇੱਥੇ ਵੀ ਪੰਜਾਬ 'ਚ ਵੀ ਖੁਸ਼ਖਬਰੀ ਆਈ ਲੋ, ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜੂ ਕਿ ਜਿਹੜੇ 9 ਦੀ ਲੀਡਰ ਆਫ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕਵਾਉਂਦੇ ਸਨ, ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ। ਅਕਾਲੀ ਦਲ ਦਾ ਸਮਝੌਤਾ ਹੋ ਰਿਹਾ ਜੀ ਬੀਜੇਪੀ ਦੇ ਨਾਲ, ਜਿਵੇਂ ਤੁਸੀਂ ਕਹਿ ਰਹੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ, ਮਤਲਬ ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ, ਉਹਨਾਂ ਦੀ ਤਾਂ ਲੈਂਦਾ ਨਹੀਂ, ਜਿਨ੍ਹਾਂ ਦੀ ਉਹ ਯਾਦ ਆ ਕਹਿ ਮੈਂ ਕਬੂਲ ਕੀਤੀ ਇਹ ਵਧਾਈ। ਨਹੀਂ ਕਿਹਾ ਜੀ ਮਾਇਆਵਤੀ ਜੀ ਨੇ, ਬੇਨੀਵਾਲ ਸਾਹਿਬ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ, ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ, ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ। ਅੱਜ ਕਿੰਨੇ ਕੁ ਸਵਾਲ ਪੁੱਛੇ ਜੀ ਔਰ ਵਿਵਹਾਰ ਕਿਆ ਰਿਹਾ ਉਹਨਾਂ ਦਾ? ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ, ਉਹ ਪੰਨੂ ਨੂੰ ਪੁੱਛ ਲਓ ਨਾ, ਗੰਜੂ ਨੂੰ ਜਾ ਕੇ, ਉਹਨੇ ਦੱਸ ਹੀ ਦੇਣਾ ਤੁਹਾਨੂੰ। ਵੈਸੇ ਮਨ ਘਣਤ ਕਹਾਣੀਆਂ ਬਣਾ ਕੇ ਪੇਸ਼ ਕਰਦੇ, ਮੈਂ ਤਾਂ ਕਹਿੰਦਾ ਅਗਲੀ ਵਾਰੀ ਭਗਵੰਤ ਮਾਨ ਜੇ ਉਹਦੇ 'ਚ ਜਾਨ ਹੈ ਉਹ ਆਪ ਆਵੇ, ਸਟੇਡੀਅਮ 'ਚ ਰੱਖ ਲਓ, ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੇ, ਕਿਉਂਕਿ ਤੁਸੀਂ ਸਿੱਟ ਕੌਣ ਬਣਾ ਰਿਹਾ? ਭਗਵੰਤ ਮਾਨ ਬਣਾ ਰਿਹਾ, ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ, ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ। ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਣੇ? 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰਨ, ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਛ ਬਣਾਉਣਾ, ਹੁਣ ਲੱਭ ਰਹੇ ਆ, ਬਣਾਉਣਗੇ, ਕਹਾਣੀ ਪਾਉਣਗੇ, ਤੁਹਾਨੂੰ 2 ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ, ਕੋਰਟ 'ਚ ਸੱਚ ਦੀ ਜਿੱਤੂ। ਦੇਖੋ 100% ਭਗਵੰਤ ਮਾਨ ਦੋਸ਼ੀ ਆ ਜੀ, ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਆ
ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ SSP ਵਤਸਲਾ ਗੁਪਤਾ ਦੇ ਖਿਲਾਫ਼, DIG ਭੁਪਤੀ ਦੇ ਖਿਲਾਫ਼, ਇੱਕ ਉੱਥੇ DSP ਸੀ ਜਸਪ੍ਰੀਤ ਜਾਂ ਕੀ ਨਾਂ ਫਗਵਾੜੇ ਦਾ, ਉਹਦਾ ਮੈਂ ਉੱਥੇ ਨਾਂ ਦੱਸਿਆ ਸੀ, ਸਬ ਇੰਸਪੈਕਟਰ ਆ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉੱਥੇ ਗੱਲਾਂ ਜੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ। 1000 ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ ਚ, ਭਾਈ ਕਿਹਨੂੰ ਇਜਾਜ਼ਤ ਹੈ ਫਾਇਰਿੰਗ ਦੀ? ਔਰ ਜੇ ਅੱਜ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ, ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜੀ ਜਿਹੜੇ ਸਰਕਾਰੀ ਬਾਬੇ ਨੇ ਜਿਹੜੇ ਜਾ ਕੇ ਮਤੇ ਪਾਉਂਦੇ ਦਿੱਲੀ, ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ, ਬੇਰ ਸਾਹਿਬ ਦੇ ਸਭ ਨੇ ਗੋਲੀ ਚੱਲੀ ਹੈ, ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਿਲ ਹੋਏ ਆ, ਅਖੰਡ ਪਾਠ ਸਾਹਿਬ ਖੰਡਿਤ ਕੀਤੇ ਗਏ ਆ, ਔਰ ਅੱਜ ਵੀ ਨਹੀਂ ਬੋਲਦੇ। ਇਹ ਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ, ਗੁਰੂ ਮੁੱਖ ਨਹੀਂ। ਵੀਡੀਓ ਦੀ ਗੱਲ ਕੀਤੀ ਸੀ ਜੀ, ਕਦੋਂ ਸੁਭਾਵਿਕ ਆ, ਜਵਾਬ ਹੈ ਹੀ ਕੋਈ ਨਹੀਂ। ਦੇਖੋ ਤੁਸੀਂ ਸਭ ਤੋਂ ਵੱਡੀ ਅਗਲੀ ਗੱਲ, SDM ਕਹਿੰਦਾ ਫਾਇਰਿੰਗ ਹੋਈ ਨਹੀਂ ਤੇ ਮੈਂ ਪਰਮਿਸ਼ਨ ਕੀ ਦੇਣੀ ਸੀ, ਕਿਉਂਕਿ ਮੈਜਿਸਟਰੇਟ ਦਿੰਦਾ ਲਾਅ ਐਂਡ ਆਰਡਰ ਚ, ਮੈਜਿਸਟਰੇਟ ਕਹਿੰਦਾ ਫਾਇਰਿੰਗ ਹੀ ਨਹੀਂ ਹੋਈ ਤੇ ਵੀਡੀਓ ਤਾਂ ਤੁਹਾਡੇ ਸਾਹਮਣੇ ਆ ਗਈ ਕਿ ਫਾਇਰ ਕਿੰਨੇ ਚੱਲੇ। ਹੁਣ ਕੀ ਜਵਾਬ ਦਊਗੀ SSP? ਅੱਜ ਨਾ ਪਰਚਾ ਦਰਜ ਹੋਵੇ, ਕੱਲ ਨਾ ਹੋਵੇ, ਸਾਲ ਬਾਅਦ, 2 ਸਾਲ ਬਾਅਦ ਇਹ ਪਰਚਾ ਦਰਜ ਹੋਣਾ ਹੀ ਹੋਣਾ। ਇਹ SSP, DIG ਮੌਕੇ ਦੇ ਉਹਨਾਂ ਅਫਸਰਾਂ ਤੇ ਸਭ ਤੇ ਦਰਜ ਹੋਣਾ ਜਿਹੜੇ ਉੱਥੇ ਮੌਕੇ ਤੇ ਇਹ ਧੱਕੇ ਸ਼ਾਹੀ ਗੁਰੂ ਘਰ ਤੇ ਦਾਖਲ ਹੋ ਕੇ ਬੂਟ ਪਾ ਕੇ। ਔਰ ਮੈਂ ਹੋਰ ਦੱਸ ਦਿਆਂ, ਮੇਰੇ ਨੋਟਿਸ ਚ ਜਿਹੜੀ ਹੋਰ ਗੱਲ ਆਈ ਆਫਟਰ ਮੈਂ ਜਲੰਧਰ ਪ੍ਰੈਸ ਕਾਨਫਰੰਸ, ਇਹ ਸ਼ਰਾਬ ਪੀ ਕੇ ਵੀ ਕਈ ਅਫਸਰ ਉੱਥੇ ਗਏ ਆ, ਕਿਉਂਕਿ ਪਹਿਲਾਂ ਇਹ 5 ਵਜੇ ਆਏ, ਫਿਰ ਇਹ 7 ਵਜੇ ਆਏ, ਫਿਰ ਇਹ 10 ਵਜੇ ਆਏ, ਕਿਉਂਕਿ ਉੱਥੇ ਸੰਗਤ ਬੜੀ ਸੀ ਉਦੋਂ ਦਾਖਲ ਨਹੀਂ ਹੋਏ, ਫਿਰ ਇਹ 4 ਵਜੇ ਦਾਖਲ ਹੁੰਦੇ। ਉਸ ਤੋਂ ਪਹਿਲਾਂ DSP ਫਗਵਾੜੇ ਦੇ ਘਰ ਚ ਬਹਿ ਕੇ ਕਈ ਅਫਸਰਾਂ ਨੇ ਸ਼ਰਾਬ ਪੀਤੀ, ਉਹ ਜਿਹੜਾ ਜਸਪ੍ਰੀਤ ਹੈ ਕੌਣ ਹੈ, ਔਰ ਕਈ ਅਫਸਰ ਸ਼ਰਾਬੀ ਹਾਲਤ ਚ ਗੁਰੂ ਘਰ ਚ ਦਾਖਲ ਹੋਇਆ। ਕਿ ਇਹ ਅੱਜ ਦਾ ਹਾਲਾਤ ਨੇ ਲਾਅ ਐਂਡ ਆਰਡਰ ਦੇ, ਔਰ ਕਿਸ ਤਰੀਕੇ ਨਾਲ ਕੰਟਰੈਕਟ ਕਿਲਿੰਗ ਹੋ ਰਹੀ ਹੈ, ਲਾਅ ਐਂਡ ਆਰਡਰ ਦਾ ਜੋ ਹਾਲਾਤ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ। ਪੁਲਿਸ ਨੂੰ ਸਿਰਫ ਤੇ ਸਿਰਫ CM ਫੈਮਿਲੀ ਦੀ ਸਿਕਿਉਰਿਟੀ ਵਾਸਤੇ ਤੇ ਵਿਰੋਧੀ ਦੀ ਬਦਲਾਖੋਰੀ ਵਾਸਤੇ ਵਰਤਿਆ ਜਾ ਰਿਹਾ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਨਹੀਂ ਹੈ। ਲਾਅ ਐਂਡ ਆਰਡਰ ਪਟਿਆਲੇ ਚ ਵੀ ਖਰਾਬ ਹੋ ਰਿਹਾ, ਕੱਲ ਵੀ ਕੇਬਲ ਦੇ ਦਫ਼ਤਰ ਤੋਂ 25-30 ਲੱਖ ਰੁਪਏ ਦਾ ਸਮਾਨ ਸ਼ਟਰ ਤੋੜ ਕੇ ਚੋਰੀ ਕਰ ਲਿਆ ਜੀ, ਸ਼ਟਰ ਚੋਰੀ ਕਰ ਰਿਹਾ, ਪੁਲਿਸ ਰਿਪੋਰਟ ਨਹੀਂ ਲਿਖ ਰਹੀ। DGP ਵੀ ਧਮਕੀ ਆਈ ਹੈ, ਕਹਿੰਦੇ ਵੀ ਜਿਹੜੇ ਸਿੱਖ ਫੋਰ ਜਸਟਿਸ ਨੇ ਧਮਕੀ ਦਿੱਤੀ ਹੈ ਵੀ ਅਸੀਂ ਜਿਹੜਾ ਹੈਗਾ ਉਹ ਜਾਣ ਤੋਂ ਮਾਰਾਂਗੇ। ਚਲੋ ਦੇਖੋ, ਮੈਂ ਇਸ ਗੱਲ ਦੇ ਤਾਂ ਨਹੀਂ ਖਿਲਾਫ ਹਾਂ ਕਿਸੇ ਨੂੰ DGP ਨੂੰ ਜਾਂ ਮੁੱਖ ਮੰਤਰੀ ਨੂੰ ਧਮਕੀ ਦੇਵੇ, ਮੈਂ ਉਸ ਗੱਲ ਦੇ ਖਿਲਾਫ, ਮਗਰ ਪੰਜਾਬ ਦੇ ਲਾਅ ਐਂਡ ਆਰਡਰ ਦੇ ਕੀ ਹਾਲਾਤ ਬਣੇ ਆ, ਜਿਹੜਾ ਕੋਈ ਗੱਲ ਕਰੇ ਸੱਚਾਈ ਦੀ, ਜੋ ਪੰਜਾਬੀ ਨੌਜਵਾਨਾਂ ਤੇ ਜਿਸ ਤਰੀਕੇ ਨਾਲ NSA ਲਾ ਕੇ ਧੱਕੇਸ਼ਾਹੀ ਕੀਤੀ ਆ, ਗੁਰੂ ਘਰ ਚ ਗੋਲੀਆਂ ਚੱਲਣ ਤੇ ਚੀਫ ਮਿਨਿਸਟਰ ਅੱਖਾਂ ਮੀਟ ਲਵੇ, ਇਹ ਕੋਈ ਬਰਦਾਸ਼ਤ ਨਹੀਂ ਕਰ ਸਕੂਗਾ। ਅੱਜ ਨਹੀਂ ਤੇ ਕੱਲ ਇਹ ਤੇ ਕਾਰਵਾਈ ਹੋਊਗੀ, ਕਿਉਂਕਿ ਮੁੱਖ ਮੰਤਰੀ ਆਪ ਕਹਿੰਦੇ ਆ ਕਿ ਮੁੱਖ ਮੰਤਰੀ ਤੇ ਇਜਾਜ਼ਤ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ। ਤੇ ਭਾਈ ਇਹ ਸਭ ਨੂੰ ਪਤਾ ਹੈ ਕਿ ਇੱਥੇ ਜਿਵੇਂ ਜੇਲ ਦੇ ਇੰਟਰਵਿਊ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਹੋਈ ਹੈ ਨਾ, ਲਾਰੈਂਸ ਬਿਸ਼ਨੋਈ ਦੀ, ਇਹ ਗੋਲੀ ਵੀ ਚਾਹੇ ਉਹ ਇੱਥੇ ਪਟਿਆਲੇ ਚੱਲੀ ਸੀ ਉਦੋਂ ਕਾਲੀ ਮਾਤਾ ਮੰਦਿਰ ਦੇ ਅੱਗੇ, ਮੰਦਿਰ ਦੇ ਅੰਦਰ ਜਾਂ ਬਾਹਰ,
ਔਰ ਉਸ ਵੇਲੇ ਵੀ ਲੋਕ ਲੁਕੋਏ ਗਏ ਸਨ, ਹੁਣ ਵੀ ਲੋਕ ਲੁਕੋਏ ਜਾ ਰਹੇ ਜਿਹੜੇ ਫੱਟੜ ਹੋਏ ਆ, ਚਾਹੇ ਸੁਲਤਾਨਪੁਰ ਗੋਲੀ ਚੱਲੀ ਹੈ, ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਚੱਲੀ। ਪਟਿਆਲੇ ਦੇ ਵਿੱਚ ਵੀ ਕਾਰੋਬਾਰ ਦੇ ਕਬਜ਼ੇ ਹੋ ਰਹੇ, ਲੋਕਾਂ ਦੇ ਕਾਰੋਬਾਰ ਦੇ ਕਬਜ਼ੇ ਹੋ ਰਹੇ ਪਟਿਆਲੇ ਦੇ ਕੇਬਲ ਦੇ ਦਫ਼ਤਰ ਦੇ ਵਿੱਚ 25-30 ਲੱਖ ਦਾ। ਦੇਖੋ ਕੇਬਲ ਦੇ ਫਾਸਟਵੇ ਦੇ ਹੱਕ ਚ ਆਨਰੇਬਲ ਐਨ ਕਰੀਦਾ ਹੁੰਦਾ ਮੇਰਾ ਵੀਰ, ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜਿਹੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿਹਦੇ ਇਹਦੇ ਚ ਨਿਰਪੱਖ ਜਾਂਚ ਹੋ ਕੇ ਸੱਚਾਈ ਤੁਹਾਡੇ ਸਾਹਮਣੇ ਆਵੇ, ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ, ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ, ਔਰ ਉਸ ਮੰਤਰੀ ਨੂੰ ਵੀ ਪਤਾ ਨਾਮ ਆਈ ਜਾਣਾ ਜਦੋਂ ਵੀਡੀਓ ਆ ਗਈ ਤੇ ਨਾ ਕੀ ਸ਼ਕਲ ਆ ਜਾਣੀ ਸਾਹਮਣੇ। ਮਗਰ ਹਾਂਜੀ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ, ਨਾ ਮਾਲਵੇ ਦਾ ਚਾਹੀਦਾ, ਨਾ ਦੁਆਬੇ ਦਾ ਚਾਹੀਦਾ, ਉਹ ਕੱਲਾ ਤੇ ਕੱਲਾ ਝਾੜੂ ਵਾਲੇ ਅਰਗੇ ਦੀ ਹਰਕਤ ਕਰ ਸਕਦੇ ਆ ਭਾਈ, ਇਹ ਚੰਗੇ ਕੰਮ ਨਹੀਂ। ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਿਸ ਦਿਨ ਮੈਂ ਵੀਡੀਓ ਆਉਣੀ ਹੈ, ਵੀਡੀਓ ਜਿਨ੍ਹਾਂ ਨੂੰ ਮੈਂ ਦੇਣੀ ਹੈ, ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪਦੇ ਮੋਬਾਈਲ ਫੋਨ ਨਿਆਣਿਆਂ ਨਿਉਣਿਆਂ ਕੋਲੋਂ ਖੋਲਿਓ, ਆਪ ਵੀ ਵੇਖਿਓ ਨਾ ਹੀ ਵੇਖਿਓ, ਮੈਂ ਤਾਂ ਸਲਾਹ ਹੀ ਦੇ ਸਕਦਾ, ਬਾਕੀ ਸਵਾਰੀ ਆਪਦੀ ਸਮਾਨ ਲਈ ਆਪ ਜਿੰਮੇ। ਜਿਹੜਾ ਹੈਗਾ ਮੇਰਾ ਵੀਰ, ਹੋਰ ਕੀ ਹੈ।